ਅਸੀਂ ਪੰਜਾਬ ਵਿੱਚ ਰਹਿਣ ਵਾਲੇ ਅਕਸਰ ਹੀ ਇਸ ਆਦਤ ਦਾ ਸ਼ਿਕਾਰ ਹਾਂ ਕਿ ਅਸੀਂ ਪੰਜਾਬ ਆਪਣੇ ਨੂੰ ਬਹੁਤ ਵੜਿਆਉਂਦੇ ਹਾਂ ਜਿਵੇਂ ਇਹ ਧਰਤੀ ਦਾ ਸਭ ਤੋਂ ਸੋਹਣਾ ਥਾਂ ਹੋਵੇ ਅਸਲੀਅਤ ਇਹ ਹੁੰਦੀ ਹੈ ਕਿ ਸਾਡਾ ਇੱਥੇ ਜਨਮ ਹੋਇਆ ਹੁੰਦਾ ਇਸ ਕਰਕੇ ਸਾਨੂੰ ਇਹ ਜਿਆਦਾ ਚੰਗਾ ਲੱਗਦਾ ਹੈ ਅਜੇ ਤੱਕ ਕਿਸੇ ਨੇ ਵੀ ਉਹ ਥਾਂ ਨੂੰ ਉਹਨਾ ਪਿਆਰ ਨਹੀਂ ਕੀਤਾ ਜਿੱਥੇ ਉਹਦਾ ਜਨਮ ਨਾ ਹੋਇਆ ਹੋਵੇ ਇੱਕ ਤਾਂ ਕਾਰਨ ਇਹ ਹੈ ਦੂਜੀ ਗੱਲ ਪੰਜਾਬ ਬਾਰੇ ਜਿਹੜੀਆਂ ਨੈਗੇਟਿਵ ਫੈਕਟਰਸ ਹਨ ਹੁਣ ਜਿਹੜੇ ਪੈਦਾ ਹੋਏ ਹਨ ਉਹਨਾਂ ਨੂੰ ਸਮਝਣ ਦੀ ਲੋੜ ਹੈ ਪਹਿਲੀ ਗੱਲ ਤਾਂ ਹੈ ਕਿ ਪੰਜਾਬ ਦੇ ਨਾਲ ਸਮੁੰਦਰ ਨਹੀਂ ਲੱਗਦਾ ਤੇ ਪੰਜਾਬ ਦੇ ਵਿੱਚ ਕੋਲਾ ਨਹੀਂ ਨਿਕਲਦਾ ਲੋਹਾ ਨਹੀਂ ਨਿਕਲਦਾ ਪੈਟਰੋਲ ਨਹੀਂ ਨਿਕਲਦਾ ਇੱਥੇ ਸਿਮਿੰਟ ਨਹੀਂ ਬਣਦਾ ਮਤਲਬ ਕਹਿਣ ਤੋਂ ਇਹ ਹੈਗਾ ਕਿ ਪੰਜਾਬ ਦੇ ਵਿੱਚ ਕੇਵਲ ਕਣਕ ਹੁੰਦੀ ਹੈ ਤੇ ਕਣਕ ਦੀ ਬੋਰੀ ਜਿਹੜੀ ਹੈਗੀ ਉਹ 700 ਰੁਪਏ ਦੀ ਵਿਕਦੀ ਹੈ ਦੂਜੇ ਪਾਸੇ ਨਿੱਕੇ ਨਿੱਕੇ ਮੁਲਖਾਂ ਦੁਨੀਆ ਦੇ ਜਿਹੜੇ ਇਹੋ ਜਿਹੇ ਚੀਜ਼ਾਂ ਬਣਾਉਂਦੇ ਹਨ ਮਿਸਾਲ ਦੇ ਤੌਰ ਤੇ ਨੋਕੀਆ ਜਿਹੜਾ ਟੈਲੀਫੋਨ ਹੈ ਉਹ ਇੱਕ ਸੂਟਕੇਸ ਦੇ ਵਿੱਚ 25 ਲੱਖ ਰੁਪਏ ਦੇ ਟੈਲੀਫੋਨ ਪਾਏ ਜਾ ਸਕਦੇ ਹਨ ਤੇ ਸਾਡੇ ਕੋਲ ਇੱਕ ਭਾਰੀ ਬੋਰੀ ਹੈ ਜਿਹੜੀ 700 ਰੁਪਏ ਦੀ ਵਿਕਦੇ ਹੈ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਸੀਂ ਆਪਣੀ ਕਣਕ ਜਿਹੜੀ ਐਕਸਪੋਰਟ ਕਰਾਂਗੇ ਇਹ ਬੜਾ ਹਾਸੋ ਹੀਣਾ ਵਿਚਾਰ ਹੈ ਕਣਕ ਨੂੰ ਪੰਜਾਬ ਤੋਂ ਬੰਬਈ ਬੰਦਰਗਾਹ ਤੇ ਲਜਾਣ ਵਾਸਤੇ ਹੀ ਜਿਹੜਾ ਇਹਨਾਂ ਖਰਚਾ ਪੈ ਜਾਂਦਾ ਹੈਗਾ ਕਿ ਸਾਡੀ ਕਣਕ ਦੁਨੀਆ ਦੇ ਮਾਰਕੀਟ ਦੇ ਵਿੱਚ ਜਾ ਕੇ ਕੋਈ ਕੀਮਤ ਨਹੀਂ ਪ੍ਰਾਪਤ ਕਰ ਸਕਦੀ ਨਾਲੇ ਕਣਕ ਦੇ ਨਾਲ ਜਾਂ ਇਸ ਦੇ ਨਾਲ ਕੋਈ ਵੀ ਕਿਸੇ ਕਿਸਮ ਦਾ ਪਰਿਵਰਤਨ ਨਹੀਂ ਵਾਪਰਨ ਵਾਲਾ ਸੋ ਕਹਿਣ ਤੋਂ ਪਾਵੇ ਹੈਗਾ ਕਿ ਕੀ ਕੀਤਾ ਜਾਵੇ ਪੰਜਾਬੀਆਂ ਨੂੰ ਕੀ ਕਰਨ ਦੀ ਲੋੜ ਹੈ ਜਿਸ ਨਾਲ ਉਹ ਦੁਨੀਆ ਦੀ ਮੁੱਖ ਧਾਰਾ ਦਾ ਭਾਗ ਵੀ ਰਹਿਣ ਅਤੇ ਚੰਗਾ ਜੀਵਨ ਵੀ ਜੀ ਸਕਣ ਉਸ ਵਾਸਤੇ ਲੋੜ ਇਹ ਹੈਗੀ ਹੈ ਕਿ ਮੈਨ ਪਾਵਰ ਜਿਹੜੀ ਹੈ ਪੰਜਾਬ ਦੀ ਉਸ ਨੂੰ ਐਜੂਕੇਸ਼ਨ ਇਸ ਕਿਸਮ ਦੀ ਦਿੱਤੀ ਜਾਵੇ ਜਿਸ ਐਜੂਕੇਸ਼ਨ ਦੀ ਵਿਸ਼ਵ ਪੱਧਰ ਤੇ ਲੋੜ ਹੈ ਅਮਰੀਕਾ ਦੇ ਵਿੱਚ ਜਿਹੜੇ ਲੋਕ ਗਏ ਹਨ ਪੰਜਾਬੀ ਉਹ ਉਹੀ ਕਾਮਯਾਬ ਹਨ ਜਿਹੜੇ ਜਾਂ ਡਾਕਟਰ ਹਨ ਜਾਂ ਇੰਜੀਨੀਅਰ ਹਨ ਕੈਨੇਡਾ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਪੰਜਾਬੀ ਗਏ ਹਨ ਜਿਹੜੇ ਵੱਧ ਤੋਂ ਵੱਧ ਦੁਕਾਨਦਾਰੀ ਕਰਦੇ ਹਨ ਜਾਂ ਪੈਟਰੋਲ ਪੰਪ ਚਲਾਉਂਦੇ ਹਨ ਸੋ ਪੰਜਾਬੀਆਂ ਨੂੰ ਇੰਜੀਨੀਅਰ ਬਣਨ ਦੀ ਡਾਕਟਰ ਬਣਨ ਦੀ ਲੋੜ ਹੈ ਜਿਸ ਜਿਹੜੇ ਇੰਟਰਨੈਸ਼ਨਲ professions ਹੋਣ ਉਹਨਾਂ ਦੇ ਵਿੱਚ ਲੱਗਣ ਦੀ ਲੋੜ ਹੈਗੀ ਹੈ ਤੇ ਇਸ ਵਾਸਤੇ ਉਹਨਾਂ ਨੂੰ ਅੰਗਰੇਜ਼ੀ ਜਿਹੜੀ ਆ ਪੜ੍ਹਨੀ ਪਵੇਗੀ ਅੰਗਰੇਜ਼ੀ ਅਤੇ ਮੈਥਮੈਟਿਕਸ ਦੋ ਅਜਿਹੇ ਸਬਜੈਕਟ ਹਨ ਜਿਨ੍ਹਾਂ ਤੋਂ ਬਿਨਾ ਕੋਈ ਵੀ ਸਮਾਜ ਅੱਜ ਦੀ ਦੁਨੀਆ ਦੇ ਵਿੱਚ ਤਰੱਕੀ ਨਹੀਂ ਕਰ ਸਕਦਾ ਹੈ ਅੰਗਰੇਜ਼ੀ ਪ੍ਰਤੀ ਸਾਡਾ ਜਿਹੜਾ ਦ੍ਰਿਸ਼ਟੀਕੋਣ ਹੈ ਉਹ ਨਾ ਪੱਕੀ ਹੈ ਅਸੀਂ ਅੰਗਰੇਜ਼ੀ ਨੂੰ ਪੜਨ ਤੋਂ ਇਸ ਕਰਕੇ ਇਨਕਾਰੀ ਹੈਗੇ ਆ ਵੀ ਇਸ ਨਾਲ ਸ਼ਾਇਦ ਅਸੀਂ ਦੁਬਾਰਾ ਅੰਗਰੇਜ਼ਾਂ ਦੇ ਗੁਲਾਮ ਹੋ ਜਾਵਾਂਗੇ ਐਵੇਂ ਨਹੀਂ ਹੋਏਗਾ ਅੰਗਰੇਜ਼ੀ ਭਾਸ਼ਾ ਨਹੀਂ ਹੈ ਅੰਗਰੇਜ਼ੀ ਇੱਕ ਸਕਿੱਲ ਹੈ ਇੱਕ ਹੁਨਰ ਹੈ ਹੁਣ ਅੰਗਰੇਜ਼ੀ ਅੰਗਰੇਜ਼ ਵਿਗਿਆਨ ਵੀ ਭਾਸ਼ਾ ਹੈ ਇਹ ਕਿਸੇ ਕਿਤੇ ਦੀ ਭਾਸ਼ਾ ਨਹੀਂ ਹੈ ਹੁਣ ਇੰਗਲੈਂਡ ਦੀ ਵੀ ਭਾਸ਼ਾ ਅੰਗਰੇਜ਼ੀ ਨਹੀਂ ਹੈ ਇੰਗਲੈਂਡ ਵਾਲਿਆਂ ਨੂੰ ਵੀ ਵਿਗਿਆਨ ਜਿਹੜਾ ਹੈ ਵਿਗਿਆਨ ਦੀਆਂ ਭਾਸ਼ਾਵਾਂ ਪੜ੍ਹਨੀਆਂ ਪੈਂਦੀਆਂ ਹਨ ਕੈਮਿਸਟਰੀ ਦੀ ਆਪਣੀ ਭਾਸ਼ਾ ਹੈ ਫਿਜ਼ਿਕਸ ਦੀ ਆਪਣੀ ਭਾਸ਼ਾ ਹੈ ਸੋ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਪੰਜਾਬੀਆਂ ਨੂੰ ਹਾਇਰ ਐਜੂਕੇਸ਼ਨ ਜਿਹੜੀ ਹੈ ਉਹ ਲੈ ਕੇ ਦੁਨੀਆ ਦੇ ਵਿੱਚ मीनिंगफुल ਰੋਲ ਅਦਾ ਕਰਨਾ ਚਾਹੀਦਾ ਹੈ ਇਸ ਵਾਸਤੇ ਇਹਨਾਂ ਨੂੰ ਕੇਰਲਾ ਤੋਂ ਸਬਕ ਲੈਣਾ ਚਾਹੀਦਾ ਹੈ ਕੇਰਲਾ ਦੇ ਵਿੱਚ ਕੇਰਲ ਦੇ ਵਿੱਚ ਜਿਹੜੀ ਐਜੂਕੇਸ਼ਨ ਸਪਰੈਡ ਹੋਈ ਹੈ ਉਹਦਾ ਕਾਰਨ ਹੈਗਾ ਉੱਥੇ ਉਹਨਾਂ ਨੇ ਛੋਟੇ-ਛੋਟੇ ਕਸਬਿਆਂ ਦੇ ਵਿੱਚ ਕੇਰਲ ਦੇ ਵਿੱਚ ਬਹੁਤੇ ਵੱਡੇ ਸ਼ਹਿਰ ਨਹੀਂ ਹਨ ਕੇਰਲ ਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਤਾਂ ਬਹੁਤ ਚੰਗੇ ਤਰੀਕੇ ਨਾਲ ਫਲਾ ਦਿੱਤੀ ਹੈਗੀ ਹੈ ਐਜੂਕੇਸ਼ਨ ਦੇ ਫੈਲਣ ਦੇ ਨਾਲ ਕ੍ਰਾਈਮ ਰੇਟ ਘਟਦਾ ਹੈ ਐਜੂਕੇਸ਼ਨ ਦੇ ਫੈਲਣ ਦੇ ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਹੁੰਦਾ ਹੈ ਐਜੂਕੇਸ਼ਨ ਦੇ ਫੈਲਣ ਦੇ ਨਾਲ ਸਮਾਜ ਦੇ ਵਿੱਚ ਸ਼ਾਂਤੀ ਜਿਹੜੀ ਹੈ ਉਹ ਫੈਲਦੀ ਹੈ ਮੀਡਲ ਕਲਾਸ ਹੋਂਦ ਵਿੱਚ ਆਉਂਦੀ ਹੈ ਜਿਹੜੀ ਚੰਗੇ ਜੀਵਨ ਦੇ ਸੁਪਨੇ ਲੈਂਦੀ ਹੈ ਤੇ ਚੰਗਾ ਜੀਵਨ ਜਿਉਂਦੀ ਵੀ ਹੈ ਸੋ ਪੰਜਾਬੀਆਂ ਨੂੰ ਇਸ ਵੇਲੇ ਇਸ ਗੱਲ ਦੀ ਲੋੜ ਹੈਗੀ ਹੈ ਕਿ ਉਹ ਐਜੂਕੇਸ਼ਨ ਚੰਗੀ ਲੈਣ ਅਤੇ ਆਪਣੇ ਐਂਟਰਪ੍ਰਾਈਜ਼ ਜਿਹੜੇ ਹਨ ਉਹ ਆਪਣੇ ਕਾਰਖਾਨੇ ਵਗੈਰਾ ਸਥਾਪਿਤ ਕਰਨ ਆਪਣੇ ਕੰਮ ਸ਼ੁਰੂ ਕਰਨ بجائے ਇਹ ਦੇਖੇ ਕਿ ਵਿਦੇਸ਼ਾਂ ਵਿੱਚ ਜਾ ਕੇ ਉਹ ਨਿੱਕੀਆਂ ਨਿੱਕੀਆਂ ਨੌਕਰੀਆਂ ਕਰਨ ਭਾਵੇਂ ਉੱਥੇ ਉਹਨਾਂ ਨੂੰ ਉਜਰਤਾਂ ਜ਼ਿਆਦਾ ਮਿਲਦੀਆਂ ਹਨ ਪਰੰਤੂ ਹੁਣ ਸਾਡੇ ਦੇਸ਼ ਦੇ ਵਿੱਚ ਵੀ ਉਹ ਮੌਕੇ ਪੈਦਾ ਹੋਣਗੇ ਉਹ ਮੌਕੇ ਪੈਦਾ ਹੀ ਤਾਂ ਹੋਣਗੇ ਜੇਕਰ ਅਸੀਂ ਮੈਨ ਪਾਵਰ ਪੈਦਾ ਕਰਾਂਗੇ ਜੇਕਰ ਹਿੰਦੁਸਤਾਨ ਨੇ ਵਰਲਡ ਪਾਵਰ ਬਣਨਾ ਹੈ ਤਾਂ ਹਿੰਦੁਸਤਾਨ ਦੇ ਵਿੱਚ ਵਿਦੇਸ਼ਾਂ ਤੋਂ ਜਦੋਂ ਤੱਕ ਆ ਕੇ ਮਾਹਿਰ ਕੰਮ ਨਹੀਂ ਕਰਦੇ ਇਥੇ ਉਦੋਂ ਤੱਕ ਅਸੀਂ ਵਰਲਡ ਪਾਵਰ ਨਹੀਂ ਬਣ ਸਕਦੇ ਵਰਲਡ ਪਾਵਰ ਅਮਰੀਕਾ ਹੈ ਜਿੱਥੇ ਦੁਨੀਆ ਦਾ ਹਰ ਬੰਦਾ ਜਾ ਕੇ ਕੰਮ ਕਰਨਾ ਚਾਹੁੰਦਾ ਹੈ ਸੋ ਇਸ ਟੰਗ ਤੋਂ ਇਸ ਦ੍ਰਿਸ਼ਟੀ ਤੋਂ ਸੋਚਣ ਦੀ ਲੋੜ ਹੈਗੀ ਹੈ ਕਿ ਅਸੀਂ ਕਿਵੇਂ ਆਪਣੀ ਥਾਂ ਦੁਨੀਆ ਦੇ ਵਿੱਚ ਬਣਾ ਸਕਦੇ ਹਾਂ ਉਸ ਵਾਸਤੇ ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਐਜੂਕੇਸ਼ਨ ਦੇ ਮਹੱਤਵ ਨੂੰ ਪਛਾਣਨਾ ਚਾਹੀਦਾ ਹੈ ਐਜੂਕੇਸ਼ਨ ਤੋਂ ਬਿਨਾ ਕੋਈ ਵੀ ਹੰਢਣਸਾਰ ਪਰਿਵਰਤਨ ਨਹੀਂ ਆਪਰਦਾ ਹੁੰਦਾ ਜੇਕਰ ਅਸੀਂ ਆਪਣਾ ਲੈਵਲ ਅੱਗੇ ਵਾਸਤੇ ਹੋਰ ਉੱਚਾ ਕਰਨਾ ਹੈ ਖੇਤੀ ਦੀ ਥਾਂ ਉੱਤੇ ਅਸੀਂ ਇਹਤੇ کارਖਾਨੇ ਲਾਉਣੇ ਹਨ ਤਾਂ ਉਸ ਵਾਸਤੇ ਸਾਨੂੰ ਆਪਣੀ ਮੈਨ ਪਾਵਰ ਹਾਈ ਲੈਵਲ ਦੀ ਉਹ ਪੈਦਾ ਕਰਨੀ ਪਵੇਗੀ